ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰੀ ਦਰਬਾਰੇ ਖਾਸੀ ਪਹੁੰਚ ਹੋ ਗਈ ਲੱਗਦੀ ਹੈ। ਐਂ ਲੱਗਦਾ ਪਿਆ ਕਿ ਹੁਣ ਪ੍ਰਸ਼ਾਸਨ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਹੀ ਆ ਖੜਿਆ। ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ? ਇਹ ਗੱਲਾਂ ਜਿਹੜੀਆਂ ਨੇ ਉਹ ਆਪ ਨਹੀਂ ਕਹੀਆਂ ਜਾ ਰਹੀਆਂ, ਸਗੋਂ ਕਿਸੇ ਵਿਅਕਤੀ ਵੱਲੋਂ ਦਿੱਤੇ ਗਏ ਤੱਥਾਂ ਦੇ ਆਧਾਰ ਦੇ ਉੱਤੇ ਕਹੀਆਂ ਜਾ ਰਹੀਆਂ ਨੇ। ਵਿਅਕਤੀ ਹੋਰ ਕੋਈ ਨਹੀਂ ਸਗੋਂ ਭਗਤ ਸਿੰਘ ਦੁਆਬੀ ਨੇ। ਭਗਤ ਸਿੰਘ ਦੁਆਬੀ ਹੋਰ ਕੋਈ ਨਹੀਂ ਸਗੋਂ ਖਡੂਰ ਸਾਹਿਬ ਕੰਸਟੀਟੂਐਂਸੀ ਤੋਂ ਲੋਕ ਸਭਾ ਇਲੈਕਸ਼ਨ ਲੜਨ ਵਾਲੇ ਇੱਕ ਕੰਟੈਸਟੈਂਟ ਨੇ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਚੋਣ ਲੜਦੇ ਪਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦੀ ਖਿਲਾਫਤ ਕਰਦੇ ਲਗਾਤਾਰ ਸੁਣਾਈ ਦਿੱਤੇ ਨੇ, ਲਗਾਤਾਰ ਆਵਾਜ਼ ਚੁੱਕਦੇ ਨਜ਼ਰ ਆਏ ਨੇ, ਪਰ ਆਖਿਰਕਾਰ ਮਸਲਾ ਕੀ ਹੈ? ਸਰਕਾਰੀ ਦਰਬਾਰੇ ਪਹੁੰਚ ਕਿਵੇਂ ਵੱਧ ਗਈ? ਅਜੇ ਤੱਕ ਤਾਂ ਇਹੀ ਸੁਣਨ ਨੂੰ ਆ ਰਿਹਾ ਸੀ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਜਿਹੜੇ ਡੀ ਸੀ ਨੇ ਇਹ ਰਾਹ ਦੇ ਵਿੱਚ ਅੜਿੱਕਾ ਬਣੇ ਸੀਗੇ, ਇਹਨਾਂ ਨੇ ਨਾਮਜ਼ਦਗੀ ਪਰੂਵ ਨਹੀਂ ਕੀਤੀ ਸੀ, ਅਪਰੂਵ ਨਹੀਂ ਕੀਤੀ ਸੀ, ਜਿਸ ਦੇ ਆਧਾਰ ਦੇ ਉੱਤੇ ਅੰਮ੍ਰਿਤਪਾਲ ਦੇ ਮਾਪਿਆਂ ਨੂੰ ਦਿੱਲੀ ਤੱਕ ਜਾਣਾ ਪਿਆ। ਪਰ ਹੁਣ ਅਚਾਨਕ ਕਿਸ ਤਰ੍ਹਾਂ ਉਹੀ ਤਰਨ ਤਾਰਨ ਅਤੇ ਉਹੀ ਅੰਮ੍ਰਿਤਸਰ ਅਤੇ ਉਹੀ ਡੀ ਸੀਜ਼ ਹੁਣ ਇਹਨਾਂ ਦੇ ਨਾਲ ਰਲ ਗਏ ਨੇ? ਆਖਿਰਕਾਰ ਗੱਲ ਕੀ ਹੈ ਸਾਰੀ? ਗੱਲ ਅਸਲ ਦੇ ਵਿੱਚ ਇਹ ਦੱਸੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਬੈਲਟ ਪੇਪਰ ਜਿਹੜਾ ਕਿ ਇਲੈਕਸ਼ਨਸ ਤੋਂ ਕੁਝ ਦੇਰ ਪਹਿਲਾਂ ਬਣਦਾ ਆ, ਉਸਨੂੰ ਸਾਈਨ ਕਰਵਾਇਆ ਜਾਂਦਾ ਆ ਔਰ ਸਾਈਨ ਕਰਵਾਉਣ ਤੋਂ ਬਾਅਦ ਹੀ ਜਨਤਕ ਕੀਤਾ ਜਾਂਦਾ, ਉਹ ਬੈਲਟ ਪੇਪਰ ਜਿਹੜਾ ਉਹ ਪਹਿਲਾਂ ਹੀ ਜਨਤਕ ਹੋ ਗਿਆ। ਜਦ ਤੱਕ ਉਸ ਉੱਤੇ ਸਾਈਨ ਨਾ ਕੀਤੇ ਗਏ ਹੋਣ ਲੋੜੀਂਦਾ ਅਥਾਰਟੀਜ਼ ਦੇ, ਉਦੋਂ ਤੱਕ ਉਹ ਬੈਲਟ ਪੇਪਰ ਬਹੁਤ ਹੀ ਜ਼ਿਆਦਾ ਕੌਨਫੀਡੈਂਸ਼ੀਅਲ ਡਾਕੂਮੈਂਟ ਹੁੰਦਾ ਔਰ ਕਿਸੇ ਕੋਲ ਵੀ ਨਹੀਂ ਜਾਣਾ ਚਾਹੀਦਾ। ਔਰ ਗੱਲ ਇੱਥੇ ਆ ਕੇ ਭਖੀ ਕਿ ਉਹ ਡਾਕੂਮੈਂਟ ਜਿਹੜਾ ਆ ਉਹ ਪਹਿਲਾਂ ਹੀ ਸਿਗਨੇਚਰਸ ਤੋਂ ਪਹਿਲਾਂ ਹੀ ਜਨਤਾ ਦੇ ਵਿੱਚ ਪਹੁੰਚ ਜਾਂਦਾ, ਯਾਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪਹੁੰਚ ਕੀਤੀ ਗਈ, ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪਹੁੰਚ ਕੀਤੀ ਗਈ ਉੱਚ ਅਥਾਰਟੀਜ਼ ਦੇ ਕੋਲ ਔਰ ਉੱਥੇ ਜਾ ਕੇ ਇਹ ਬੈਲਟ ਪੇਪਰ ਕਢਵਾ ਲਿਆ ਗਿਆ। ਕੀ ਸਰਕਾਰੀ ਦਰਬਾਰੇ ਹੁਣ ਇੰਨੀ ਚੱਲਣ ਲੱਗ ਗਈ ਹੈ ਅੰਦਰ ਖਾਤੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਭ ਕੁਝ ਭੁਗਤਦਾ ਪਿਆ? ਇੱਥੇ ਆ ਕੇ ਹੁਣ ਗੱਲ ਭਖਦੀ ਨਜ਼ਰ ਆ ਰਹੀ ਹੈ, ਇੱਥੇ ਆ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਅਚਾਨਕ ਇਹ ਬਦਲਾਵ ਕਿਵੇਂ, ਔਰ ਕੀ ਭਾਈ ਅੰਮ੍ਰਿਤਪਾਲ ਸਿੰਘ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਪ੍ਰਸ਼ਾਸਨ ਦੇ ਅੰਦਰ ਬਿਊਰੋਕਰੇਸੀ ਦੇ ਅੰਦਰ ਅਚਾਨਕ ਇੱਕ ਵੱਡਾ ਰਸੂਖ ਹਾਸਲ ਕਰ ਲਿਆ? ਇੱਕ ਵਿਅਕਤੀ ਜਿਹਦੇ ਉੱਤੇ NSA ਲੱਗੀ ਹੋਈ ਹੈ, ਜਿਸ ਨੂੰ ਇਲੈਕਸ਼ਨਸ ਲੜਨ ਦੇ ਵਾਸਤੇ ਵੀ ਜਿਸ ਉੱਤੇ ਸਵਾਲ ਚੁੱਕੇ ਜਾ ਰਹੇ ਸੀ, ਜਿਸ ਦੀ ਨੋਮੀਨੇਸ਼ਨ ਐਕਸੈਪਟ ਹੀ ਨਹੀਂ ਸੀ ਕੀਤੀ ਜਾ ਰਹੀ, ਜਿਸ ਵਾਸਤੇ ਦਿੱਲੀ ਤੱਕ ਜਾਣਾ ਪੈ ਗਿਆ, ਉਹ ਵਿਅਕਤੀ ਹੁਣ ਅਚਾਨਕ ਆਪਣਾ ਬੈਲਟ ਪੇਪਰ ਸਿਗਨੇਚਰਸ ਤੋਂ ਪਹਿਲਾਂ ਹੀ ਕੱਢ ਲਿਆਉਂਦਾ ਜਾਂ ਉਸਦੇ ਪਰਿਵਾਰਕ ਮੈਂਬਰ ਜਾਂ ਉਸਦੇ ਸਾਥੀ ਕੱਢ ਲਿਆਉਂਦੇ ਨੇ, ਇਹਦੇ ਉੱਤੇ ਫਿਲਹਾਲ ਸਵਾਲ ਚੁੱਕੇ ਜਾ ਰਹੇ ਨੇ। ਔਰ ਆਖਿਰਕਾਰ ਕਿਹੜੇ ਉਹ ਸਵਾਲ ਨੇ? ਭਗਤ ਸਿੰਘ ਦੁਆਬੀ ਕੀ ਕੁਝ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਅੱਜ ਮੈਂ ਅੰਮ੍ਰਿਤਪਾਲ ਸਿੰਘ ਨੂੰ ਕੁਝ ਸਵਾਲ ਪੁੱਛਣੇ ਨੇ ਤੇ ਖਾਸ ਤੌਰ ਤੇ ਅੰਮ੍ਰਿਤਪਾਲ ਦੇ ਸਿੱਖਾਂ ਨੂੰ। ਮੈਂ ਇਹ ਵਰਡ ਸਪੈਸ਼ਲੀ ਯਾਦ ਰੱਖਿਓ, ਮੈਂ ਅੰਮ੍ਰਿਤਪਾਲ ਦੇ ਸਿੱਖਾਂ ਨੂੰ, ਗੁਰੂ ਦੇ ਸਿੱਖਾਂ ਨਾਲ ਨਹੀਂ ਗੱਲ ਕਰਨੀ ਹੈਗੀ। ਗੁਰੂ ਦੇ ਸਿੱਖ ਵੱਖ ਨੇ ਪਰ ਅੰਮ੍ਰਿਤਪਾਲ ਦੇ ਸਿੱਖ ਜਿਹੜੀਆਂ ਕਰਤੂਤਾਂ ਕਰਦੇ ਨੇ, ਤੁਸੀਂ ਮੀਡੀਆ ਵਾਲੇ ਮਿੱਤਰਾਂ ਨੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਦੇਖ ਹੀ ਚੁੱਕੇ ਨੇ ਕਿ ਅੰਮ੍ਰਿਤਪਾਲ ਦੇ ਸਿੱਖ ਜਿਹੜੇ ਨੇ ਜਾਂ ਅੰਮ੍ਰਿਤਪਾਲ ਦੇ ਜਿਹੜੇ ਪਿਆਦੇ ਨੇ, ਚੇਲੇ ਨੇ, ਉਹ ਕੋਈ ਵੀ ਗੱਲਬਾਤ ਪੱਤਰਕਾਰ ਹੋਣ ਜਾਂ ਉਹਦੇ ਖਿਲਾਫ ਕੋਈ ਬੋਲਣ ਵਾਲਾ ਹੋਵੇ ਜਾਂ ਕੋਈ ਸਵਾਲ ਕਰਨ ਵਾਲਾ ਹੋਵੇ, ਉਹਨਾਂ ਦੀ ਮਾਂ ਭੈਣ ਬੱਚਿਆਂ ਤੋਂ ਹੀ ਸ਼ੁਰੂ ਕਰਦੇ ਨੇ, ਉਹਨਾਂ ਦੀਆਂ ਭੈਣਾਂ ਤੋਂ ਮਾਵਾਂ ਤੋਂ ਗਾਲਾਂ ਤੋਂ ਸ਼ੁਰੂ ਹੁੰਦੇ ਨੇ। ਜਦਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇੱਕ ਇੰਸੀਡੈਂਟ ਯਾਦ ਆਉਂਦਾ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਕੰਜਰੀਆਂ ਭੇਜੀਆਂ ਗਈਆਂ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਦੇ ਸਿਰ ਤੇ ਪੱਲਾ ਦੇ ਕੇ ਬੱਚੀਆਂ ਦੇ ਉਹਨਾਂ ਨੂੰ ਆਪਣੀਆਂ ਧੀਆਂ ਕਿਹਾ। ਜਦੋਂ ਉਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਿੱਖ ਸਰਦਾਰ ਹਰੀ ਸਿੰਘ ਨਲਵਾ, ਆਪਾਂ ਸਾਰੇ ਉਸ ਚੀਜ਼ ਨੂੰ ਜਾਣਦੇ ਹਾਂ, ਜਦੋਂ ਹਰੀ ਸਿੰਘ ਨਲਵਾ ਦੇ ਕੋਲ ਇੱਕ ਜਸੂਸ ਪਠਾਣੀ ਜਸੂਸ ਪਹੁੰਚਦੀ ਆ ਕਿ ਮੈਨੂੰ ਤੇਰੇ ਤੋਂ ਬੇਟਾ ਚਾਹੀਦਾ ਹੈਗਾ, ਤਾਂ ਹਰੀ ਸਿੰਘ ਨਲਵਾ ਜੀ ਦਾ ਉਹ ਕਿਰਦਾਰ ਸੀਗਾ, ਉਹ ਕਹਿੰਦੇ ਨੇ ਕਿ ਮੈਂ ਮੇਰੇ ਵਰਗਾ ਤਾਂ ਇੱਕੋ ਹੀ ਹੋ ਸਕਦਾ, ਤੇ ਐਂ ਕਰੋ ਤੁਸੀਂ ਮੈਨੂੰ ਆਪਣਾ ਬੇਟਾ ਬਣਾ ਲਓ ਤੇ ਤੁਸੀਂ ਮੇਰੀ ਮਾਤਾ ਬਣ ਜਾਓ। ਉਹ ਇੱਕ ਜਸੂਸ ਜਿਹਨੂੰ ਕੰਜਰੀ ਲਫ਼ਜ਼ ਵਰਤਣਾ ਪੈਣਾ, ਉਹ ਇੱਕ ਕੰਜਰੀ ਨੂੰ ਆਪਣੀ ਮਾਂ ਬਣਾ ਲੈਂਦੇ ਨੇ, ਉਹ ਕਿਰਦਾਰ ਨੇ। ਤੇ ਦੂਜੇ ਪਾਸੇ ਅੱਜ ਦੇ ਟਾਈਮ 'ਚ ਅੰਮ੍ਰਿਤਪਾਲ ਦੇ ਜਿਹੜੇ ਸਿੱਖ ਨੇ, ਜਿਹੜੇ ਅੰਮ੍ਰਿਤਪਾਲ ਦੀ ਪੂਜਾ ਕਰਦੇ ਨੇ, ਅੰਮ੍ਰਿਤਪਾਲ ਨੂੰ ਆਪਣੇ ਇਸ਼ਟ ਦੇ ਤਰੀਕੇ ਨਾਲ ਮੰਨਦੇ ਨੇ,
ਆਪਾਂ ਸਾਰੇ ਮੀਡੀਆ ਵਾਲੇ ਮਿੱਤਰ ਜਾਣਦੇ ਹਾਂ ਕਮੈਂਟਾਂ ਦੇ ਵਿੱਚ ਕੀ ਕੁਛ ਗੰਦ ਘੋਲਦੇ ਨੇ ਇਹ ਫੇਕ ਆਈਡੀਆਂ ਤੋਂ, ਆਪਣੀਆਂ ਆਈਡੀਆਂ ਨੂੰ ਲੌਕ ਕਰਕੇ ਕਿਸ ਤਰ੍ਹਾਂ ਇਹ ਪੱਤਰਕਾਰਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ, ਲੋਕਾਂ ਦੀਆਂ ਘਰ ਵਾਲੀਆਂ ਦੀਆਂ ਫੋਟੋਆਂ, ਲੋਕਾਂ ਦੀਆਂ ਸਵਾਲ ਚੁੱਕਣ ਵਾਲਿਆਂ ਦੀਆਂ ਮਾਵਾਂ ਦੀਆਂ ਫੋਟੋਆਂ ਐਡਿਟ ਕਰਦੇ ਨੇ। ਕੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ? ਪਿਛਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਜਦੋਂ ਵਿਚਰਿਆ ਆ ਪੰਜਾਬ ਦੇ ਵਿੱਚ, ਉਹਨੇ ਇੱਕ ਮੁਹਿੰਮ ਚਲਾਈ ਔਰ ਉਸ ਮੁਹਿੰਮ ਦੇ ਵਿੱਚ ਉਹ ਜਗ੍ਹਾ ਜਗ੍ਹਾ ਕਹਿੰਦਾ ਫਿਰਿਆ ਕਿ ਸਾਨੂੰ ਇਹ ਸੰਵਿਧਾਨ, ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਸਾਨੂੰ ਕਿਸੇ ਅੰਮ੍ਰਿਤਪਾਲ ਦੇ ਲਫ਼ਜ਼ ਨੇ ਕਿ ਉਸ ਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਕਿ ਉਹ ਇਸ ਸੰਵਿਧਾਨ ਨੂੰ ਮੰਨੇ। ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜੀ, ਤੁਹਾਨੂੰ ਕੁੱਤੇ ਨੇ ਹੁਣ ਵੱਢ ਲਿਆ ਜਾਂ ਤੁਸੀਂ ਕੁੱਤੇ ਨੂੰ ਵੱਢ ਚੁੱਕੇ ਹੋ ਜਿਹੜਾ ਤੁਸੀਂ ਹੁਣ ਸੰਵਿਧਾਨ ਦੀ ਸਹੁੰ ਚੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ? ਜੇ ਤੁਸੀਂ ਇਲੈਕਸ਼ਨ ਹੀ ਲੜਨਾ ਸੀਗਾ, ਅੱਜ ਬਹੁਤ ਸਾਰੇ ਸਬੂਤ ਆ, ਪਿੱਛੇ ਤੁਸੀਂ ਸ਼ਾਇਦ ਇੱਕ ਫੋਟੋ ਦੇਖ ਰਹੇ ਹੋਗੇ, ਅੱਜ ਬਹੁਤ ਸਾਰੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਪੇਸ਼ ਕਰਾਂਗਾ। ਪਿੱਛੇ ਤੁਸੀਂ ਇਸ ਪਾਸੇ ਇੱਕ ਸਿੰਘ ਸਾਹਿਬ ਦੇਖ ਰਹੇ ਹੋ, ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ, ਬਹੁਤ ਸਾਰੇ ਵੀਰ ਜਾਣਦੇ ਨੇ। ਇਹ ਅੰਮ੍ਰਿਤਪਾਲ ਦੇ ਵਕੀਲ ਨੇ ਤੇ ਬੀਜੇਪੀ ਦੀ ਸਟੇਜ ਦੇ ਉੱਤੇ ਖੜੇ ਨੇ, ਬਹੁਤ ਸਾਰੇ ਐਵੀਡੈਂਸ ਲੈ ਕੇ ਆਇਆ। ਇਹਨਾਂ ਨੂੰ ਸਵਾਲ ਪੁੱਛਣੇ ਨੇ ਇਹ ਕੰਮ ਕਿਹਦੇ ਵਾਸਤੇ ਕਰਦੇ ਨੇ ਤੇ ਕੀ ਕੰਮ ਕਰ ਰਹੇ ਨੇ। ਮੈਂ ਗੱਲਬਾਤ ਨੂੰ ਜਾਰੀ ਰੱਖਾਂ ਉੱਥੋਂ ਦੀ। ਅੰਮ੍ਰਿਤਪਾਲ ਸਿੰਘ ਕਹਿੰਦਾ ਕਿ ਸਾਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਤੇ ਹੁਣ ਉਹਨੂੰ ਕਿਸੇ ਕੁੱਤੇ ਨੇ ਵੱਢ ਲਿਆ ਜਿਹੜਾ ਇਸ ਸੰਵਿਧਾਨ ਦੀ ਸਹੁੰ ਚੁੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਤੇ ਐਮਪੀ ਉਹਨਾਂ ਦੇ ਸੁਪਨੇ ਦੇਖ ਰਿਹਾ। ਗੱਲ ਇਹ ਆ ਕਿ ਜੇ ਤੂੰ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਹੀ ਲੜਨਾ ਸੀਗਾ ਤੇ ਪਹਿਲਾਂ ਉਹਨਾਂ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਉਂ ਕੁਦਾਇਆ, ਉਹਨਾਂ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਤਨਵਾਇਆ, ਉਹਨਾਂ ਦੇ ਉੱਤੇ ਪਰਚੇ ਕਿਉਂ ਦਰਜ ਕਰਵਾਏ? ਤੂੰ ਪਹਿਲਾਂ ਹੀ ਇਹਨਾਂ ਸਿਸਟਮ ਦੇ ਵਿੱਚ ਆ ਜਾਂਦਾ ਤੇ ਇੰਨਾ ਸਾਡਾ ਭਰਾ ਨੌਜਵਾਨ ਜਿਹੜਾ ਪੰਜਾਬ 'ਚ ਖਰਾਬ ਹੋਇਆ ਉਹ ਨਾ ਹੁੰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।